ਅਕਾਲੀ ਐਮਪੀ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਵੱਲੋਂ SHO ਨੂੰ ਧਮਕੀਆਂ ਦਿੱਤੇ ਜਾਣ ਤੋਂ ਬਾਅਦ ਵੱਖ ਵੱਖ ਸਪਸ਼ਟੀਕਰਨ ਅਤੇ ਹੈਰਾਨੀਜਨਕ ਖੁਲਾਸੇ ਹੋ ਰਹੇ ਨੇ, ਜਿੱਥੇ ਕਾਂਗਰਸੀ MLA ਦਵਿੰਦਰ ਸਿੰਘ ਘੁਬਾਇਆ ਹੁਣ SHO 'ਤੇ ਇਲਜ਼ਾਮ ਲਗਾ ਰਹੇ ਨੇ ਕਿ ਇਸ ਮਹਿਲਾ SHO ਦੇ ਆਉਣ ਤੋਂ ਬਾਅਦ ਇਲਾਕੇ 'ਚ ਕ੍ਰਾਈਮ ਅਤੇ ਨਸ਼ਾ ਵਧਿਆ ਹੈ। ਪਰ ਉੱਥੇ ਹੀ ਨਾਲ ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ SHO ਲੰਮੀਤ ਕੌਰ ਦੀਆਂ ਚੰਗੀਆਂ ਸੇਵਾਵਾਂ ਦੇ ਬਦਲੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਨਾਲ ਇਹ ਵੀ ਦੱਸਣਾ ਬਣਦਾ ਹੈ ਕਿ ਲੰਮੀਤ ਕੌਰ ਦੇ ਇੱਥੇ ਜੁਆਇਨ ਕਰਨ ਤੋਂ ਪਹਿਲਾਂ ਸ਼ੇਰ ਸਿੰਘ ਘੁਬਾਇਆ ਦਾ ਰਿਸ਼ਤੇਦਾਰ SHO ਸੀ, ਜਿਸ ਨੂੰ ਕਿਸੇ ਕਾਰਨਾਂ ਕਾਰਨ ਬਦਲੀ ਕਰਕੇ ਕਿਸੇ ਹੋਰ ਥਾਂ 'ਤੇ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਹੀ ਇਹ SHO ਲੰਮੀਤ ਕੌਰ ਆਈ ਸੀ। ਇਹ ਗੱਲਾਂ ਵੀ ਚਰਚਾ 'ਚ ਨੇ ਕਿ ਦਵਿੰਦਰ ਸਿੰਘ ਘੁਬਾਇਆ ਵੱਲੋਂ ਇਸ SHO ਦੇ ਨਾਲ ਇਸੇ ਲਈ ਬਦਸਲੂਕੀ ਕੀਤੀ ਗਈ ਹੈ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਦੇ ਜਾਣ ਤੋਂ ਬਾਅਦ ਇਸ SHO ਨੂੰ ਫਾਜ਼ਿਲਕਾ 'ਚ ਅਪੁਆਇੰਟ ਕੀਤਾ ਗਿਆ ਸੀ। ਮਾਮਲਾ ਕੁਝ ਵੀ ਹੋਵੇ, ਪਰ SHO ਲੰਮੀਤ ਕੌਰ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਕਿਸੇ ਵੀ ਬਦਲੀ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਉਹਨਾਂ ਕਿਹਾ ਤਾਂ ਇਹ ਜੌਬ ਦਾ ਹਿੱਸਾ ਨੇ। ਸਰ, ਉਹਨਾਂ ਦੇ ਮਤਲਬ 'ਚ ਇਹ ਹੈ ਕਿ ਉਹ ਇੱਥੇ SHO ਲਵਾਉਂਦੇ ਨੇ ਅਤੇ ਹਟਾਉਂਦੇ ਨੇ। ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਅਸੀਂ CM ਸਾਹਿਬ ਦੀ ਪੋਲਿਸੀ ਦੇ ਅਕੋਰਡਿੰਗ ਜਿਹੜੇ 10% ਵੀਮੈਨ 'ਚ ਇੱਕ SHO ਲੱਗਣੇ ਆ ਕਿ ਮੈਂ ਉਸ ਕੈਟਾਗਰੀ ਦੇ ਵਿੱਚ ਆ, ਨਾ ਕਿ ਉਹਨਾਂ ਦੇ ਕਹਿਣ 'ਤੇ ਜਾਂ ਕਿਸੇ ਹੋਰ ਪਾਰਟੀ ਦੇ ਕਹਿਣ 'ਤੇ। ਜੇ ਮੇਰੇ ਆਫਿਸਰਸ ਨੂੰ ਮੇਰੇ 'ਤੇ ਟਰੱਸਟ ਹੋਊਗਾ ਤਾਂ ਮੈਨੂੰ ਇੱਥੇ ਰਹਿਣ ਦੇਣਗੇ, ਜੇ ਉਹਨਾਂ ਨੂੰ ਮੇਰੇ 'ਤੇ ਨਹੀਂ ਟਰੱਸਟ ਹੋਊਗਾ ਤਾਂ ਮੈਨੂੰ ਬਦਲ ਦੇਣਗੇ। ਸੋ ਵੇਖਣਾ ਹੋਵੇਗਾ ਕਿ ਦਵਿੰਦਰ ਸਿੰਘ ਘੁਬਾਇਆ ਵੱਲੋਂ ਧਮਕੀਆਂ ਦੇਣ ਵਾਲੀ ਇਹ ਘਟਨਾ ਕਿੱਥੇ ਕੁ ਜਾ ਕੇ ਠੰਡੀ ਹੁੰਦੀ ਹੈ, ਇਸ ਮਾਮਲੇ ਦੇ ਵਿੱਚ ਕਿਸ 'ਤੇ ਕਾਰਵਾਈ ਕੀਤੀ ਜਾਂਦੀ ਹੈ, ਜਾਂ ਫਿਰ ਚਰਨਜੀਤ ਸਿੰਘ ਚੰਨੀ ਮਾਮਲੇ ਦੀ ਤਰ੍ਹਾਂ ਹੀ ਇਸ ਵਿੱਚ ਵੀ ਸੁਲਾਹ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।